ਕੀ ਕਹਿੰਦਾ ਜਾਂਦੇ ਜਿਹੜਾ ਡੋਰ ਟੂ ਡੋਰ ਕੀਤਾ ਤੁਸੀਂ ਅੱਜ ਰੋਡ ਸ਼ੋਅ ਕੀਤਾ? ਅੱਜ ਵਾਰਡ ਨੰਬਰ 43 ਤੋਂ ਕਾਂਗਰਸ ਪਾਰਟੀ ਦੀ ਕੈਂਡੀਡੇਟ ਅਨੀਤਾ ਗੋਇਲ ਦੇ ਪੱਖ ਦੇ ਵਿੱਚ ਇੱਕ ਰੋਡ ਸ਼ੋਅ ਕੱਢਿਆ ਗਿਆ। ਇਸ ਰੋਡ ਸ਼ੋਅ ਦੇ ਪਿਆਰ ਨੂੰ ਦੇਖਦੇ ਹੋਏ ਮੈਂ ਵੀ ਵਿੱਚ ਦੀ ਥੋੜ੍ਹਾ ਜਿਹਾ ਭਾਵੁਕ ਹੋ ਗਿਆ ਸੀ। ਅੱਜ ਲਗਭਗ 1200-1300 ਬੰਦਾ ਇਸ ਵਾਰਡ ਤੋਂ ਉਸ ਰੋਡ ਸ਼ੋਅ ਦੇ ਵਿੱਚ ਸ਼ਾਮਲ ਸੀ। ਇਸ ਤੋਂ ਇਹ ਸਾਬਤ ਹੁੰਦਾ ਕਿ ਲੋਕਾਂ ਨੇ ਜਿਹੜਾ ਆਪਣਾ ਵੋਟਰਾਂ ਨੇ ਜਿਹੜਾ ਭੈਣ ਭਰਾਵਾਂ ਨੇ ਜਿਹੜਾ ਆਪਣਾ ਫਤਵਾ ਹੈ ਉਹ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਅਨੀਤਾ ਗੋਇਲ ਦੇ ਹੱਕ ਦੇ ਵਿੱਚ ਅੱਜ ਹੀ ਦੇ ਦਿੱਤਾ। ਅਤੇ ਵੋਟਰਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੀ 14 ਫਰਵਰੀ ਆ ਰਹੀ ਹੈ ਜੀ ਇਹਨੂੰ ਲੈ ਕੇ? ਮੈਂ ਵੋਟਰਾਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਸਾਡੇ ਪਿਛਲੇ 6 ਸਾਲਾਂ ਦੇ ਕੀਤੇ ਹੋਏ ਕੰਮ ਨੂੰ ਦੇਖਦੇ ਹੋਏ, ਸਾਡੀ ਇਮਾਨਦਾਰੀ ਨੂੰ ਦੇਖਦੇ ਹੋਏ, ਸਾਡੀ ਵਾਰਡ ਅਤੇ ਵਾਰਡ ਦੇ ਮੇਰੇ ਭੈਣ ਭਰਾਵਾਂ ਦੇ ਪ੍ਰਤੀ ਪਿਆਰ ਸਤਿਕਾਰ ਨੂੰ ਦੇਖਦੇ ਹੋਏ ਉਹ ਪੜ੍ਹੇ ਲਿਖੇ ਕੈਂਡੀਡੇਟ, ਸੂਝਵਾਨ ਕੈਂਡੀਡੇਟ, ਮਿਹਨਤੀ ਕੈਂਡੀਡੇਟ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਹੈ ਅਨੀਤਾ ਗੋਇਲ, ਉਹਨਾਂ ਦੇ ਚੋਣ ਨਿਸ਼ਾਨ 5 ਦਾ ਬਟਨ ਦਬਾਉਣ ਅਤੇ ਜਿਹੜੀ ਇਹ ਵਿਕਾਸ ਦੀ ਹਨੇਰੀ ਪਿਛਲੇ ਲਗਭਗ ਸਪੈਸ਼ਲੀ 10-11 ਮਹੀਨਿਆਂ ਤੋਂ ਬਠਿੰਡੇ ਦੇ ਵਿੱਚ ਆਈ ਹੋਈ ਹੈ ਉਸ ਨੂੰ ਅਸੀਂ ਹੋਰ ਵੀ ਕਾਂਗਰਸ ਪਾਰਟੀ ਦਾ ਮੇਅਰ ਬਣਾ ਕੇ ਹੋਰ ਵੀ ਤੇਜ਼ ਕਰ ਸਕੀਏ। ਆਪਣਾ ਸੈਂਟਰ ਕਿਹੜਾ ਬਣਿਆ ਵੀ ਜਿਹੜਾ 14 ਤਰੀਕ ਨੂੰ ਵੋਟਿੰਗ ਹੋਣੀ ਹੈ? 14 ਤਰੀਕ ਨੂੰ ਜਿਹੜੀ ਵੋਟਿੰਗ ਹੋਣੀ ਹੈ ਵਾਰਡ ਨੰਬਰ 43 ਦੀ, ਇਹ ਡਿਫਰੈਂਟ ਕੌਨਵੈਂਟ ਸਕੂਲ ਗਲੀ ਨੰਬਰ 17 ਪ੍ਰਤਾਪ ਨਗਰ ਦੇ ਵਿੱਚ ਹੋਣੀ ਹੈ। ਜਿਹੜਾ ਵੋਟਿੰਗ ਦਾ ਟਾਈਮ ਹੈ ਉਹ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ। ਸੋ ਸਾਰਿਆਂ ਨੂੰ ਬੇਨਤੀ ਹੈ, ਵਾਰਡ ਨੰਬਰ 43 ਦੇ ਵੋਟਰ ਭੈਣ ਭਰਾਵਾਂ ਨੂੰ ਅਪੀਲ ਹੈ ਕਿ 14 ਫਰਵਰੀ ਦਿਨ ਐਤਵਾਰ ਨੂੰ ਡਿਫਰੈਂਟ ਕੌਨਵੈਂਟ ਸਕੂਲ ਗਲੀ ਨੰਬਰ 17 ਦੇ ਵਿੱਚ ਜਾ ਕੇ ਆਪਣੇ ਵੋਟ ਦਾ ਇਸਤੇਮਾਲ ਜ਼ਰੂਰ ਕਰੋ।